ਪੰਜਾਬ ਦੇ ਕੋਨੇ-ਕੋਨੇ ਤੋਂ ਪੰਜਾਬ ਦਾ ਕਿਸਾਨੀ ਦਾ ਦਰਦ ਲੈ ਕੇ ਆਏ ਸਮੂਹ ਵੀਰਾਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਜ਼ਾਦੀ ਇੱਕ ਅਜਿਹਾ ਆਨੰਦਮਈ ਸੁਖਮਈ ਅਹਿਸਾਸ ਹੈ ਜਿਹਦੇ ਲਈ ਮਨੁੱਖ ਆਪਣਾ ਆਪ ਵੀ ਕੁਰਬਾਨ ਕਰ ਦਿੰਦਾ ਹੈ ਸੋ ਦੋਸਤੋ ਜੇ ਆਪਾਂ ਗੱਲ ਕਰੀਏ ਕਿਸਾਨੀ ਮੁੱਦਿਆਂ ਦੀ ਜਿਹੜਾ ਅਸੀਂ ਸੰਘਰਸ਼ ਲੜ ਰਹੇ ਆ ਇਹ ਕੱਲਾ ਪੰਜਾਬ ਦੇ ਲੋਕਾਂ ਦਾ ਨਹੀਂ ਇਹ ਪੂਰੇ ਭਾਰਤ ਦੇ ਲੋਕਾਂ ਦੇ ਲਈ ਆ ਕਿਉਂਕਿ ਪੰਜਾਬ ਇੱਕ ਇਹੋ ਜਿਹਾ ਸੂਬਾ ਜਿੱਤੇ ਤੇ ਗੁਰੂ ਸਾਹਿਬ ਦੀ ਬਹੁਤ ਜ਼ਿਆਦਾ ਬਖਸ਼ਿਸ਼ ਆ ਜਦੋਂ ਦੇਸ਼ ਨੂੰ ਲੋੜ ਸੀ ਹਰੀ ਕ੍ਰਾਂਤੀ ਦਾ ਨਾਰਾ ਮਾਰ ਕੇ ਸਾਡੇ ਪੁਰਖਿਆਂ ਨੇ ਸਾਡੇ ਬਜ਼ੁਰਗਾਂ ਨੇ ਇਸ ਦੇਸ਼ ਦੇ ਲੋਕਾਂ ਦਾ ਜਿਹੜਾ ਢਿੱਡ ਪਰਿਆ ਸੋ ਉਸ ਤੋਂ ਬਾਅਦ ਚਿੱਟੀ ਕ੍ਰਾਂਤੀ ਲਿਆ ਕੇ ਅਸੀਂ ਇਸ ਦੇਸ਼ ਦੇ ਲੋਕਾਂ ਦੀਆਂ ਲੋੜਾਂ ਪੂਰੀਆਂ ਕੀਤੀਆਂ ਸੋ ਖਾਲਸਾ ਜੀ ਅੱਜ ਇਹ ਜਿਹੜਾ ਸੰਘਰਸ਼ਾ ਇਹ ਅਸੀਂ ਉਹਨਾਂ ਲੋਕਾਂ ਦੇ ਹਿੱਤਾਂ ਲਈ ਲੜ ਰਹੇ ਆਂ ਕਿਉਂਕਿ ਜਿਹੜੇ ਲੋਕ ਬੰਬੇ, ਕਲਕੱਤੇ ਜਾਂ ਇਸ ਦੇਸ਼ ਦੇ ਹੋਰ ਸੂਬਿਆਂ 'ਚ ਰਹਿੰਦੇ ਆ ਜੇਕਰ ਕਾਰਪੋਰੇਟ ਘਰਾਣੇ ਆ ਕੇ ਆਪਣੀ ਮਨਮਰਜ਼ੀਆਂ ਕਰਦੇ ਆ ਆਪਣੇ ਰੇਟਾਂ ਅਨੁਸਾਰ ਜਿਹੜੀਆਂ ਅਨਾਜ ਜਾਂ ਸਬਜ਼ੀਆਂ ਵੇਚਦੇ ਆ ਉਹਦਾ ਨੁਕਸਾਨ ਇਸ ਦੇਸ਼ ਦੇ ਲੋਕਾਂ ਨੂੰ ਹੋਣਾ ਕਿਉਂਕਿ ਪੰਜਾਬ ਅਸੀਂ ਆਪਣੇ ਜੋਗੀ ਫਸਲ ਬੀਜ ਕੇ ਆਪਣਾ ਢਿੱਡ ਭਰ ਲਾਂਗੇ ਆਪਣੇ ਬੱਚਿਆਂ ਦਾ ਢਿੱਡ ਭਰ ਲਾਂਗੇ ਪਰ ਇਸ ਦਾ ਜ਼ਿਆਦਾ ਨੁਕਸਾਨ ਜਿਹੜਾ ਇਸ ਦੇਸ਼ ਦੇ ਲੋਕਾਂ ਨੂੰ ਹੋਣਾ ਸੋ ਇਹ ਜਿਹੜਾ ਸੰਘਰਸ਼ ਆ ਇਹ ਉਹਨਾਂ ਸਾਰੇ ਲੋਕਾਂ ਦੇ ਹਿੱਤ ਵਿੱਚ ਸੋ ਦੂਸਰੀ ਬੇਨਤੀ ਕਿ 47 ਤੋਂ ਬਾਅਦ ਹੀ ਇਸ ਦੇਸ਼ ਦੇ ਆਜ਼ਾਦ ਦੇਸ਼ ਦੇ ਹੁਕਮਰਾਨ ਜਿਹੜੇ ਉਹਨਾਂ ਦੀ ਖਾਸ ਨਿਗਾਹ ਪੰਜਾਬ ਦੇ ਉੱਤੇ ਰਹੀ ਆ ਕਿਉਂਕਿ ਉਹ ਇਹ ਗੱਲ ਜਾਣਦੇ ਆ ਕਿ ਇਹ ਪੰਜਾਬ ਜਿਨੇ ਅੰਗਰੇਜ਼ਾਂ ਦੇ ਅੱਗੇ ਗੋਡੇ ਨਹੀਂ ਟੇਕੇ ਮੁਗਲਾਂ ਦੇ ਅੱਗੇ ਗੋਡੇ ਨਹੀਂ ਟੇਕੇ ਇਹਨਾਂ ਜ਼ਿਆਦਾ ਚਿਰ ਸਾਡੀ ਪੰਜਾਲੀ ਹੇਠ ਵੀ ਨਹੀਂ ਰਹਿਣਾ ਸਵਰਾਜ ਕਰੇਗਾ ਖਾਲਸਾ ਦਾ ਜੋ ਸੰਕਲਪ ਆ ਉਹਨਾਂ ਲੋਕਾਂ ਨੂੰ ਦਿਨ ਰਾਤ ਡਰਾਉਂਦਾ 47 ਤੋਂ ਬਾਅਦ ਸਮੇਂ-ਸਮੇਂ ਤੇ ਸਾਡੇ ਨਾਲ ਇਸ ਦੇਸ਼ ਦੀਆਂ ਸਰਕਾਰਾਂ ਨੇ ਧੱਕੇ ਕੀਤੇ ਸਾਡੇ ਬਜ਼ੁਰਗਾਂ ਨੂੰ ਆਪਣੀਆਂ ਕੁਰਬਾਨੀਆਂ ਦੇ ਕੇ ਆਪਣੇ ਹੱਕ ਲੈਣੇ ਪਏ 84 ਦੇ ਵਿੱਚ ਸਾਡੇ ਦਰਬਾਰ ਸਾਹਿਬ ਤੇ ਹਮਲਾ ਕਰਕੇ ਸਾਨੂੰ ਗੁਲਾਮੀ ਦਾ ਅਹਿਸਾਸ ਕਰਵਾਇਆ ਗਿਆ ਸਾਡੇ ਨੌਜਵਾਨਾਂ ਨੂੰ ਘਰਾਂ ਚੋਂ ਚੁੱਕ-ਚੁੱਕ ਕੇ ਮਾਰ ਕੇ ਸ਼ਹੀਦ ਕੀਤਾ ਗਿਆ ਅੱਜ ਤੱਕ ਉਹਨਾਂ ਦੀਆਂ ਮਾਵਾਂ ਜਿਹੜੀਆਂ ਅਦਾਲਤਾਂ ਦੇ ਮੋਰੇ ਖੜਕੇ ਇਨਸਾਫ਼ ਦੀ ਮੰਗ ਕਰ ਰਹੀਆਂ ਸੋ ਦੋਸਤੋ ਉਸ ਤੋਂ ਬਾਅਦ ਨਸ਼ੇ ਦੇ ਦਰਿਆ ਵਗਾ ਕੇ ਪੰਜਾਬ ਦੇ ਵਿੱਚ ਸਾਡੀ ਨੌਜਵਾਨੀ ਨੂੰ ਖਤਮ ਕਰਨ ਦੀ ਕੋਸ਼ਿਸ਼ ਕੀਤੀ ਗਈ ਪਰ ਗੁਰੂ ਮਹਾਰਾਜ ਦੀ ਕਿਰਪਾ ਨਾਲ ਅੱਜ ਵੀ ਨੌਜਵਾਨ ਚੜ੍ਹਦੀ ਕਲਾ ਨਾਲ ਜਿਸ ਤਰ੍ਹਾਂ ਤੁਸੀਂ ਹੁਣ ਦੇਖੋ ਇਸ ਜਿਹੜੇ ਆਰਡੀਨੈਂਸ ਜਾਰੀ ਕੀਤੇ ਆ ਕਾਨੂੰਨ ਬਣਾਇਆ ਨੌਜਵਾਨ ਦਿਨ ਰਾਤ ਛੜਕਾਂ ਤੇ ਆ ਕੇ ਸੰਘਰਸ਼ ਕਰ ਰਹੇ ਆ ਸੋ ਲੋੜ ਆ ਜ ਇਕੱਠੇ ਹੋ ਕੇ ਸੰਘਰਸ਼ ਕਰਨ ਦੀ ਦੂਸਰੀ ਗੱਲ ਮੈਂ ਦੱਸ ਦੇਣੀ ਚਾਹਣਾ ਕਿ ਪੰਜਾਬ ਦੇ ਵਿੱਚ 80% ਕੇਸ ਜਿਹੜੇ ਆ ਉਹ ਜੱਟਾਂ ਦੇ ਵੱਟ ਦੇ ਪਿੱਛੇ ਚੱਲਦੇ ਆ ਕਿਉਂਕਿ ਅਸੀਂ ਆਪੀ ਆਪਣੀ ਵੱਟ ਨਹੀਂ ਕਿਸੇ ਨੂੰ ਵੱਡਣ ਦਿੰਦੇ ਇਹ ਕਿਸ ਤਰ੍ਹਾਂ ਸਾਡੀਆਂ ਜ਼ਮੀਨਾਂ ਤੇ ਅੱਖ ਰੱਖ ਕੇ ਸਾਡੀਆਂ ਜ਼ਮੀਨਾਂ ਖੋਹ ਲੈਣਗੇ ਸੋ ਇਹ ਮਤ ਭੁਲੇਖਾ ਰੱਖਣ ਕਿ ਸਾਡੀਆਂ ਜ਼ਮੀਨਾਂ ਤੇ ਕਬਜ਼ੇ ਕਰਕੇ ਸਾਨੂੰ ਇਹ ਬੇਜ਼ਮੀਨੇ ਕਰ ਦੇਣਗੇ ਕਿਉਂਕਿ ਸਾਡੇ ਬਜ਼ੁਰਗਾਂ ਨੇ ਪਾਕਿਸਤਾਨ ਦੇ ਵਿੱਚ ਆਪਣੀਆਂ ਆਬਾਦ ਜ਼ਮੀਨਾਂ ਛੱਡ ਕੇ ਇਸ ਦੇਸ਼ ਦੇ ਵਿੱਚ ਆ ਕੇ ਖੱਡ ਪਨਵੀਆਂ ਮਿਹਨਤਾਂ ਕਰਕੇ ਟੋਏ ਟਿੱਬੇ ਪੱਧਰ ਕਰਕੇ ਦਿਨ ਰਾਤ ਮਿਹਨਤਾਂ ਕਰਕੇ ਆਬਾਦ ਜ਼ਮੀਨਾਂ ਬਣਾਈਆਂ ਸੋ ਜੇ ਅੱਜ ਕਹਿਣਗੇ ਕਿ ਅਸੀਂ ਇਹੋ ਜੇ ਕਾਨੂੰਨ ਬਣਾ ਕੇ ਸਾਡੀਆਂ ਜ਼ਮੀਨਾਂ ਤੇ ਕਬਜ਼ੇ ਕਰ ਲਾਂਗੇ ਤੇ ਇਹ ਇਹਨਾਂ ਦਾ ਭਲੇਖਾ ਸੋ ਦੂਸਰੀ ਇਤਿਹਾਸ ਪੜ ਲਓ ਜਦੋਂ ਵੀ ਕਿਸੇ ਹੁਕਮਰਾਨ ਨੇ ਚਾਹੇ ਉਹ ਦੁਨੀਆ ਜਿੱਤਦਾ ਹੋਇਆ ਜਦੋਂ ਪੰਜਾਬ ਦੇ ਵਿੱਚ ਆਇਆ ਤਾਂ ਪੰਜਾਬੀਆਂ ਨੇ ਉਸ ਦਾ ਮੂੰਹ ਤੋੜ ਜਵਾਬ ਦਿੱਤਾ ਉਸ ਦੀਆਂ ਨਾਸਾਂ ਪੰਨੀਆਂ ਸੋ ਇਹ ਜਿਹੜਾ ਮੋਦੀ ਪੂਰੀ ਅ ਜਿਹੜਾ ਹਿੰਦੁਸਤਾਨ ਦੇ ਵਿੱਚ ਲਹਿਰ ਚਲਾ ਕੇ ਇੱਕ ਪਾਸੜ ਜਿਹੜਾ ਸਾਰਾ ਕਰਦਾ ਸੀ ਪੰਜਾਬ ਨੇ ਉਹਦੀਆਂ ਨਾਸਾਂ ਭੰਨੀਆਂ ਸੀ ਸੋ ਪੰਜਾਬ ਹਮੇਸ਼ਾ ਹੀ ਇੱਥੋਂ ਦੇ ਹੁਕਮਰਾਨਾਂ ਦੇ ਅੱਖ ਵਿੱਚ ਚੁੱਬਦਾ ਕਿਉਂਕਿ ਕੋਈ ਗੱਲ ਹੋਵੇ ਤਾਂ ਪੰਜਾਬ ਕਿਸੇ ਤੇ ਜ਼ੁਲਮ ਹੁੰਦਾ ਤਾਂ ਪੰਜਾਬੀ ਸਭ ਤੋਂ ਅੱਗੇ ਹੋ ਕੇ ਲੜਦੇ ਆ ਕਿਉਂਕਿ ਸਾਡੇ ਗੁਰੂ ਸਾਹਿਬਾਨ ਨੇ ਸਾਡੇ ਲਈ ਕੁਸ਼ਲਕੀ ਜ਼ਿੰਮੇਵਾਰੀਆਂ ਸਾਨੂੰ ਦਿੱਤੀਆਂ ਕਿ ਅਸੀਂ ਕਿਸ ਤਰ੍ਹਾਂ ਆਪਣੇ ਆਂਡੀਆਂ ਗਵੰਡੀਆਂ ਆਪਣੇ ਸੱਜਣਾ ਮਿੱਤਰਾਂ ਦੇ ਅਖਲਾਕੀ ਹੱਕਾਂ ਦੀ ਰਾਖੀ ਕਰਨੀ ਆ ਸੋ ਮੈਂ ਬੇਨਤੀ ਕਰਦਾ ਪਿੰਡਾਂ ਦੇ ਵਿੱਚੋਂ ਜਥੇ ਬਣਾ ਬਣਾ ਕੇ ਸਾਨੂੰ ਇਸ ਮੋਰਚੇ ਦੇ ਵਿੱਚ ਆਉਣਾ ਚਾਹੀਦਾ ਸਾਨੂੰ ਇਕੱਠੇ ਹੋ ਕੇ ਇਸ ਸਰਕਾਰ ਦੇ ਨਾਲ ਲੜਨਾ ਚਾਹੀਦਾ ਕਿਉਂਕਿ ਸਾਡੇ ਬਜ਼ੁਰਗਾਂ ਨੇ ਬਹੁਤ ਮਿਹਨਤਾਂ ਕਰਕੇ ਜਿਨ੍ਹਾਂ ਦੀ ਬਦੌਲਤ ਅੱਜ ਅਸੀਂ ਸਰਦਾਨੀਆਂ ਮੰਨ ਰਹੇ ਆ ਇਹ ਚਿੱਟੇ ਕੱਪੜੇ ਪਾ ਕੇ ਅਸੀਂ ਵੱਡੀਆਂ-ਵੱਡੀਆਂ ਗੱਟੀਆਂ ਰੱਖ ਕੇ ਆਪਣਾ ਜਿਹੜਾ ਜੀਵਨ ਜਿਉ ਰਹੇ ਆ ਸੋ ਅੱਜ ਲੋੜ ਆ ਵੀਰੋ ਪਿੰਡਾਂ-ਪਿੰਡਾਂ ਚੋਂ ਇਕੱਠੇ ਹੋ ਕੇ ਨੌਜਵਾਨ ਮੇਰੇ ਮੇਰੇ ਵੀਰ ਅਸੀਂ ਟੀਮਾਂ ਬਣਾ ਬਣਾ ਕੇ ਜਥੇ ਲੈ ਲੈ ਕੇ ਇੱਥੇ ਪਹੁੰਚੀਏ ਤਾਂ ਕਿ ਜਿਹੜੇ ਹੁਕਮਰਾਨ ਇਹ ਜੋ ਧੱਕਾ ਸਾਡੇ ਨਾਲ ਕਰਨਾ ਚਾਹੁੰਦੇ ਆ ਉਹਦਾ ਡਟ ਕੇ ਮੁਕਾਬਲਾ ਕੀਤਾ ਜਾ ਸਕੇ ਸੋ ਇੰਨੀਆਂ ਕ ਬੇਨਤੀਆਂ ਕਰਦਾ ਮੈਂ ਖੇਮਾ ਦਾ ਜੱਜ ਕਿ ਹੋ ਜਨਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੋਲੇ ਸੋਨਿਹਾਰਾ